ਤੋਂ 2 ਮਹੀਨੇ ਪਹਿਲਾਂ ਜਦੋਂ ਫਲੱਡਸ ਦੀ ਮੀਟਿੰਗ ਹੋਈ ਸੀ ਤਾਂ ਪ੍ਰਸ਼ਾਸਨ ਇੱਕ ਗੱਲ ਕਹਿੰਦਾ ਸੀ ਸਾਰੇ ਪ੍ਰਬੰਧ ਪੂਰੇ ਕਰ ਲਏ, ਪਰ ਅੱਜ ਹਜੇ ਤਾਂ ਇੱਕ ਦਿਨ ਹੀ ਮੀਂਹ ਪਿਆ, ਇੱਕ ਦਿਨ ਮੀਂਹ ਦੇ ਵਿੱਚ ਹਾਲਾਤ ਇੰਨੇ ਭੈੜੇ ਹੋ ਗਏ ਆ ਅਤੇ ਕੀ ਪ੍ਰਬੰਧ ਹੋਇਆ? ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਦਾ ਆ ਨਹੀਂ ਵੀ ਅੱਜ ਅਸੀਂ ਸਿਆਸਤ ਕਰ ਰਹੇ ਹਾਂ ਇਸ ਗੱਲ 'ਤੇ, 2013 'ਚ ਐਂ ਫਲੱਡ ਆਇਆ ਸੀਗਾ ਅਤੇ 5 ਘੰਟਿਆਂ 'ਚ CM ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਦੇ ਇੱਥੇ ਪਹੁੰਚ ਗਏ ਸੀ ਅਤੇ ਸਾਰਿਆਂ ਨੂੰ ਪਤਾ ਵੀ ਉਦੋਂ ਪ੍ਰਸ਼ਾਸਨ ਨੂੰ ਔਨ ਟੋਜ਼ ਕਰਕੇ ਲਿਫਟ ਪੰਪ ਲਵਾ ਕੇ ਪੱਖੇ ਲਵਾ ਕੇ ਸਾਰਾ ਸਰਕਾਰੀ ਖਰਚਾ ਕਰਕੇ ਪਾਣੀ ਉਹਨਾਂ ਨੇ ਜਿਹੜਾ ਕੱਸੀਆਂ 'ਚ ਚਾਹੇ ਕੱਢਿਆ ਚਾਹੇ ਜਿੱਥੇ ਮਰਜ਼ੀ ਕੱਢ ਕੇ ਫਸਲ ਨੂੰ ਬੀਜਣ ਜੋਗਰਾ ਕਰਤਾ ਅਗਲੀ ਨੂੰ। ਪਰ ਮੈਨੂੰ ਅੱਜ ਇਸ ਗੱਲ ਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਨਾ DC ਸਾਹਿਬ ਨਾ ADC ਸਾਹਿਬ ਨਾ ਕੋਈ ਵੀ ਆਫਿਸਰ ਹਜੇ ਤੱਕ ਕਿਸੇ ਵੀ ਦੱਸ ਦਿਓ ਮੈਨੂੰ ਇੱਕ ਥਾਂ 'ਤੇ ਵੀ ਗਿਆ ਹੋਵੇ, ਇੰਨਾ ਬੁਰਾ ਹਾਲ ਆ। ਇਸ ਕਰਕੇ ਆ ਜਿਹੜੀ ਨੀਂਦ 'ਚ ਸੁੱਤਿਆ ਪਿਆ ਚਾਹੇ ਪ੍ਰਸ਼ਾਸਨ ਆ ਚਾਹੇ ਸਰਕਾਰ ਆ ਚਾਹੇ CM ਸਾਹਿਬ ਆ, ਉਹਨਾਂ ਨੂੰ ਵੇਖਣਾ ਚਾਹੀਦਾ ਕਿਸੇ ਚੰਗੇ ਸਾਰੇ ਆਪਦੇ ਮੰਤਰੀਆਂ ਦੀ ਡਿਊਟੀ ਲਾਉਣੀ ਚਾਹੀਦੀ ਆ ਵੀ ਆ ਕੇ ਜਿਹੜੇ ਫਲੱਡ ਹਿੱਟ ਏਰੀਆ ਉਹਨਾਂ ਦੇ ਵਿੱਚ ਆ ਕੇ ਕੰਮ। ਬਿਊਰੋ ਰਿਪੋਰਟ, ਆਵਾਜ਼ ਕੌਮ TV।